ਸੰਗਤ ਪਿੰਡ ਗੜ੍ਹੀਬੇਟ ਮਹਾਦੀਪੁਰ ਅਤੇ ਬੁਰਜ ਪੱਕਾ ਵੱਲੋਂ ਇਹ ਲੰਗਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਚਮਕੌਰ ਦੀ ਗੜ੍ਹੀ ਤੋਂ ਜੰਗ ਫਤਿਹ ਕਰਕੇ ਝਾੜ ਸਾਹਿਬ ਤੋਂ ਹੁੰਦੇ ਹੋਏ ਮਾਛੀਵਾੜੇ ਸਾਹਿਬ ਪਹੁੰਚੇ ਸੀ ਪੋਹ ਦੀ 8 ਪੋਹ ਦੀ ਰਾਤ ਨੂੰ, ਉਦੋਂ ਦੀ ਯਾਦ ਦੇ ਵਿੱਚ ਇਹ ਲੰਗਰ ਜਿਹੜਾ ਲਗਾਇਆ ਜਾਂਦਾ। ਇੱਥੇ ਗੁਰੂ ਮਹਾਰਾਜ ਜੀ ਟਿੰਡ ਦਾ ਸਿਰਹਾਣਾ ਲਾ ਕੇ ਪਏ ਸੀ, ਜਿਹਨੂੰ ਮਾਛੀਵਾੜੇ ਦਾ ਜੰਗਲ ਕਿਹਾ ਜਾਂਦਾ। ਅਤੇ ਚਰਨ ਕਮਲ ਸਾਹਿਬ ਗੁਰਦੁਆਰਾ ਇੱਥੇ ਸੁਸ਼ੋਭਿਤ ਹੈ ਜੀ। ਦੂਰੋਂ ਨੇੜਿਓਂ ਸੰਗਤਾਂ ਇਸ ਸਿੰਘ ਸਭਾ ਦੇ ਮੇਲੇ 'ਤੇ ਪੂਰੇ ਇਲਾਕੇ 'ਚੋਂ ਔਰ ਦੁਨੀਆ ਭਰ ਦੇ ਵਿੱਚੋਂ ਸੰਗਤਾਂ ਇੱਥੇ ਹੁੰਮ ਹੁੰਮ ਆ ਕੇ ਆਉਂਦੀਆਂ ਨੇ ਅਤੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੀਆਂ ਨੇ। ਇਹ ਲੰਗਰ ਸਾਡਾ ਜਿਹੜਾ ਗੜ੍ਹੀਬੇਟ ਵੱਲੋਂ 50-60 ਸਾਲ ਤੋਂ ਸਾਡੇ ਬਜ਼ੁਰਗ ਜਿਹੜੇ ਆ ਉਹ ਲਾਉਂਦੇ ਆ ਰਹੇ ਆ। ਸਭ ਤੋਂ ਪਹਿਲਾਂ ਇਹ ਲੰਗਰ ਚੌਲਾਂ ਦਾ, ਮਿੱਠੇ ਚੌਲਾਂ ਦਾ ਚੱਲਦਾ ਸੀਗਾ ਅਤੇ ਹੁਣ 40 ਕੁ ਸਾਲ ਤੋਂ ਅਸੀਂ ਇਹ ਬ੍ਰੈਡ ਪਕੌੜਿਆਂ ਦਾ ਲੰਗਰ ਜਿਹੜਾ ਚਲਾਉਂਦੇ ਹਾਂ ਜੀ। ਅਤੇ ਸਾਰੀਆਂ ਸੰਗਤਾਂ ਨੂੰ ਜਿੱਥੇ ਤੱਕ ਵੀ ਮੇਰੀ ਆਵਾਜ਼ ਸੁਣਦੀਆਂ ਹੁੰਮ ਹੁੰਮ ਆ ਕੇ ਇੱਥੇ ਪਹੁੰਚਣ, ਦਰਸ਼ਨ ਦੇਣ, ਗੁਰੂ ਮਹਾਰਾਜ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਦੇ ਹੋਏ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਏ। ਠੰਡ ਦੇ ਮੌਸਮ ਪੋਹ ਦੇ ਸਰਦੀਆਂ ਦੇ ਵਿੱਚ ਸੰਗਤਾਂ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਲੰਗਰ ਵੱਧ ਚੜ੍ਹ ਕੇ ਸੇਵਾ ਕੀਤੀ ਜਾਂਦੀ ਹੈ ਅਤੇ ਸੰਗਤਾਂ ਹੁੰਮ ਹੁਮਾ ਕੇ ਸਾਥ ਦਿੰਦੀਆਂ ਹਨ। ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਭ ਤੋਂ ਵੱਧ ਧੰਨਵਾਦ ਕਿਸਾਨਾਂ ਦਾ ਕਰਦੇ ਹਾਂ ਜੋ ਇੰਨੀ ਠੰਡ 'ਚ ਫਸਲ ਪਕਾ ਕੇ ਸੇਵਾ ਦਾਨ ਕਰਦੇ ਹਨ ਅਤੇ ਸੰਘਰਸ਼ ਮੋਰਚੇ ਵਿੱਚ ਬੈਠੇ ਹੋਏ ਹਨ। ਉਹਨਾਂ ਦੇ ਵੀ ਲਈ ਅਰਦਾਸਾਂ ਕਰਾਂਗੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਮੋਰਚਾ ਫਤਿਹ ਕਰੇ। ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਇੰਨਾ ਉਤਸ਼ਾਹ ਬਖਸ਼ਿਆ ਕਿ ਉਹ ਚੜ੍ਹਦੀ ਕਲਾ 'ਚ ਹੀ ਰਹਿੰਦੀ ਹੈ ਅਤੇ ਚੜ੍ਹਦੀ ਕਲਾ 'ਚ ਹੀ ਰਹੇਗੀ। ਅਸੀਂ ਇੱਕ ਸਿੱਖ ਅੰਬੇਦਕਰ ਸਿੱਖ ਮਿਸ਼ਨ ਦਾ ਧੰਨਵਾਦ ਕਰਦੇ ਹਾਂ ਟੀਵੀ ਚੈਨਲ ਦਾ ਜਿਨ੍ਹਾਂ ਨੇ ਸਾਡੇ ਜ਼ਰੀਏ ਆ ਕੇ ਸਾਡੀ ਸੰਗਤਾਂ ਦੂਰ ਦੂਰ ਦੇਸ਼ਾਂ ਤੱਕ ਲੰਗਰ ਦੀ ਪਹੁੰਚ ਪਹੁੰਚਾਉਂਦੇ ਹਨ ਅਤੇ ਸੰਗਤਾਂ ਦੇ ਦਰਸ਼ਨ ਕਰਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਕਿਸਾਨ ਏਕਤਾ ਜਿੰਦਾਬਾਦ। ਕਿਸਾਨ ਏਕਤਾ ਜਿੰਦਾਬਾਦ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।